ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ, ਈਰੂਡਾਈਟ ਨਿਊਟ੍ਰੀਸ਼ਨ ਤੋਂ। ਅੱਜ ਆਪਾਂ ਅਗਲੀ ਵੀਡੀਓ ਲੈ ਕੇ ਆਏ ਹਾਂ ਹਾਰਟ ਡਿਜ਼ੀਜ਼ਸ, ਕਾਰਡੀਓਵੈਸਕੁਲਰ ਡਿਜ਼ੀਜ਼ਸ, ਯਾਨੀ ਦਿਲ ਦੇ ਰੋਗਾਂ ਦੇ ਬਾਰੇ। ਇਹ ਵੀਡੀਓ ਜਿਹੜੀ ਹੈ ਇਹ ਸਾਡੀ ਪਲੇਲਿਸਟ ਦੇ ਵਿੱਚ ਚੌਥੇ ਨੰਬਰ ਤੇ ਆ। ਸੋ ਜੇ ਤੁਸੀਂ ਪਹਿਲੀਆਂ 3 ਵੀਡੀਓਜ਼ ਨਹੀਂ ਦੇਖੀਆਂ, ਪਲੀਜ਼ ਮੇਰੇ ਚੈਨਲ ਤੇ ਜਾਓ ਐਂਡ ਉਹ 3 ਵੀਡੀਓ ਜ਼ਰੂਰ ਦੇਖੋ, ਤਾਂ ਕਿ ਤੁਹਾਨੂੰ ਪੂਰੇ ਟੌਪਿਕ ਦੀ ਜਿਹੜੀ ਅੰਡਰਸਟੈਂਡਿੰਗ ਵਧੀਆ ਤਰੀਕੇ ਨਾਲ ਆ ਸਕੇ। ਅਗਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ YouTube ਦੇ ਉੱਪਰ, Facebook, Instagram ਦੇ ਉੱਪਰ ਮੈਨੂੰ ਫੋਲੋ ਕਰੋ ਈਰੂਡਾਈਟ ਨਿਊਟ੍ਰੀਸ਼ਨ ਦੇ ਉੱਪਰ YouTube ਦੇ ਉੱਪਰ। ਨੋਟੀਫਿਕੇਸ਼ਨ ਬੈਲ ਆਈਕਨ ਦਬਣਾ ਨਾ ਭੁੱਲਿਓ, ਬਿਕੋਜ਼ ਅਗਲੀ ਵਾਰ ਜਦੋਂ ਵੀ ਮੇਰੇ ਦਿਮਾਗ ਦੇ ਵਿੱਚ ਕੋਈ ਟੌਪਿਕ ਆਏਗਾ ਜਿਹੜਾ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ, ਤਾਂ ਤੁਸੀਂ ਉਹਨੂੰ ਮਿਸ ਨਹੀਂ ਕਰੋਗੇ। ਠੀਕ ਹੈ ਜੀ, ਸੋ ਲੈਟਸ ਸਟਾਰਟ ਵਿਦ ਦ ਵੀਡੀਓ। ਇਸ ਵੀਡੀਓ ਦੇ ਵਿੱਚ ਆਪਾਂ ਕੀ ਕਰਨਾ ਹੈ ਜੀ, ਲਿਪਿਡ ਪ੍ਰੋਫਾਈਲ ਪੈਨਲ ਤੁਹਾਡਾ ਡਿਸਕਸ ਕਰਨਾ। ਅਸੀਂ ਆਮ ਤੌਰ ਤੇ ਬਲੱਡ ਟੈਸਟ ਕਰਵਾਉਂਦੇ ਹਾਂ, ਉਹਦੇ ਵਿੱਚ ਅਸੀਂ ਲਿਪਿਡ ਟੈਸਟ ਕਰਾਉਂਦੇ ਹਾਂ, ਲਿਪਿਡ ਪ੍ਰੋਫਾਈਲ। ਲਿਪਿਡ ਪ੍ਰੋਫਾਈਲ ਟੈਸਟ ਦੇ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਵੀ ਸਾਡੇ ਖੂਨ ਦੇ ਵਿੱਚ ਚਰਬੀ ਦੀ ਮਾਤਰਾ ਕਿੰਨੀ ਕੁ ਹੈ, ਸਾਡਾ ਖੂਨ ਕਿੰਨਾ ਕੁ ਸੰਘਣਾ ਆ, ਸਾਡੇ ਖੂਨ ਦੇ ਵਿੱਚ ਫੈਟੀ ਐਸਿਡ ਕਿੰਨੇ ਕੁ ਹੈਗੇ ਆ। ਆਮ ਤੌਰ ਤੇ ਅਸੀਂ ਇਸ ਚੀਜ਼ ਦੀ ਧਾਰਨਾ, ਇਹਨੂੰ ਇੱਕ ਇੰਡੀਕੇਟਰ ਲੈ ਕੇ ਚੱਲਦੇ ਹਾਂ ਕਿ ਹਾਰਟ ਡਿਜ਼ੀਜ਼ ਦਾ ਕਾਰਨ ਲਿਪਿਡ ਪੈਨਲ ਦੇ ਵਿੱਚ ਜਿਹੜੀਆਂ ਗੜਬੜਾਂ ਹੈਗੀਆਂ ਨੇ ਉਹਦੇ ਨਾਲ ਹੋ ਸਕਦਾ ਹੈ। ਸੋ ਇਸੇ ਕਰਕੇ ਮੈਂ ਇਹਨੂੰ ਡਿਸਕਸ ਕਰਨਾ ਚਾਹੁੰਦਾ ਕਿ ਲਿਪਿਡ ਪ੍ਰੋਫਾਈਲ ਪੈਨਲ 'ਚ ਐਕਚੁਅਲ 'ਚ ਹੁੰਦਾ ਕੀ ਆ। ਸੋ ਆਓ ਦੋਸਤੋ, ਲੈਟਸ ਸਟਾਰਟ। ਸੋ ਆਓ ਦੋਸਤੋ, ਸ਼ੁਰੂ ਕਰੀਏ ਕਿ ਲਿਪਿਡ ਪ੍ਰੋਫਾਈਲ ਪੈਨਲ ਦੇ ਵਿੱਚ ਹੁੰਦਾ ਕੀ ਆ। ਪਹਿਲੇ ਨੰਬਰ ਤੇ ਕੋਲੈਸਟ੍ਰੋਲ, ਉਸ ਤੋਂ ਬਾਅਦ ਆ ਜਾਂਦਾ ਹੈ HDL, LDL, VLDL ਤੇ ਟ੍ਰਾਈਗਲਿਸਰਾਈਡ। ਇਸ ਤੋਂ ਇਲਾਵਾ ਲਿਪਿਡ ਪ੍ਰੋਫਾਈਲ ਦੇ ਵਿੱਚ ਹੋਰ ਵੀ ਕੁਝ ਪੈਨਲ ਹੁੰਦੇ ਨੇ, ਹੋਰ ਵੀ ਕੁਝ ਟੈਸਟ ਹੁੰਦੇ ਆ, ਹੋਰ ਵੀ ਕੁਝ ਵੈਲਿਊਜ਼ ਹੁੰਦੀਆਂ ਆ, ਜਿਵੇਂ ਕਿ HDL, LDL ਰੇਸ਼ੋ ਜਾਂ HDL ਟ੍ਰਾਈਗਲਿਸਰਾਈਡ ਰੇਸ਼ੋ ਜਾਂ ਟੋਟਲ ਕੋਲੈਸਟ੍ਰੋਲ ਰੇਸ਼ੋ। ਉਹਨਾਂ ਨੂੰ ਆਪਾਂ ਕੰਸੀਡਰ ਨਹੀਂ ਕਰਦੇ ਪਏ ਇਸ ਵੀਡੀਓ ਦੇ ਵਿੱਚ, ਕਿਉਂਕਿ ਉਹ ਨੰਬਰ ਜਿਹੜੇ ਨੇ ਉਹ ਇਹਨਾਂ ਨੰਬਰਾਂ ਦੇ ਉੱਪਰ ਹੀ ਆਧਾਰਿਤ ਹੁੰਦੇ ਆ। ਠੀਕ ਹੈ ਜੀ, ਸੋ ਆਪਾਂ ਇਹਨਾਂ ਉੱਪਰ ਫੋਕਸ ਕਰਦੇ ਹਾਂ ਕਿ ਇਹ ਨੰਬਰ ਕਿੱਥੋਂ ਆਉਂਦੇ ਆ, ਜਾਂ ਜਿਹੜੇ ਮੋਲੀਕਿਊਲਸ ਨੇ HDL ਹੋ ਗਿਆ, LDL ਹੋ ਗਿਆ, ਇਹ ਕਿੱਥੋਂ ਆਏ ਆ। ਇਹਦੇ ਨਾਲ ਹੀ ਆਪਾਂ ਇਹ ਵੀ ਡਿਸਕਸ ਕਰਨਾ ਆ ਕਿ ਜੋ ਸਾਨੂੰ ਇੱਕ ਕਾਫੀ ਲੰਬੇ ਸਮੇਂ ਤੋਂ ਪੱਟੀ ਪੜਾਈ ਜਾਂਦੀ ਆ ਕਿ ਇਹ ਚੰਗਾ ਕੋਲੈਸਟ੍ਰੋਲ ਹੈ ਜੀ, ਇਹ ਮਾੜਾ ਕੋਲੈਸਟ੍ਰੋਲ ਹੈ, HDL ਗੁੱਡ ਕੋਲੈਸਟ੍ਰੋਲ ਹੈ, LDL ਮਾੜਾ ਕੋਲੈਸਟ੍ਰੋਲ ਹੈ, ਇਹਨੂੰ ਵੀ ਆਪਾਂ ਥੋੜਾ ਜਿਹਾ ਡਿਸਕਸ ਕਰਦੇ ਆ ਕਿ ਅਸੀਂ ਲੋਕ ਇੱਥੇ ਤੱਕ ਪਹੁੰਚੇ ਕਿੱਦਾਂ, ਕਿੱਦਾਂ ਅਸੀਂ ਨਿਰਣਾ ਕੀਤਾ ਵੀ ਇੱਕ ਮਾੜਾ ਆ ਤੇ ਦੂਜਾ ਚੰਗਾ ਆ। ਠੀਕ ਹੈ, ਪਹਿਲੀ ਗੱਲ ਕੋਲੈਸਟ੍ਰੋਲ, ਤੁਸੀਂ ਮੇਰੀ ਵੀਡੀਓ ਦੇਖ ਚੁੱਕੇ ਆ, ਅਗਰ ਨਹੀਂ ਦੇਖੀ ਮੇਰੇ ਚੈਨਲ ਤੇ ਜਾ ਕੇ ਕੋਲੈਸਟ੍ਰੋਲ ਵਾਲੀ ਵੀਡੀਓ ਜ਼ਰੂਰ ਦੇਖੋ। ਕੋਲੈਸਟ੍ਰੋਲ ਦੀ ਨਾਰਮਲ ਰੇਂਜ 130 ਤੋਂ 150 mg ਪਰ DL। ਠੀਕ ਹੈ, ਇਹਦੇ ਬਾਰੇ ਹੋਰ ਜਾਣਕਾਰੀ ਤੁਸੀਂ ਉਸ ਵੀਡੀਓ ਦੇ ਵਿੱਚੋਂ ਲੈ ਸਕਦੇ ਆ। ਕੋਲੈਸਟ੍ਰੋਲ ਨੰਬਰ ਅਗਰ ਤੁਹਾਡਾ ਜ਼ਰੂਰਤ ਤੋਂ ਜ਼ਿਆਦਾ ਹੈ, ਇਹਦਾ ਮਤਲਬ ਤੁਹਾਡੀ ਬਾਡੀ 'ਚ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜੀ ਜ਼ਰੂਰ ਹੈਗੀ ਆ ਜਿਹਦੇ ਕਰਕੇ ਕੋਲੈਸਟ੍ਰੋਲ ਵਧਿਆ ਆ। ਸੋ ਇਕੱਲਾ ਕੋਲੈਸਟ੍ਰੋਲ ਨੂੰ ਘਟਾਉਣ ਨਾਲ ਤੁਹਾਡੇ ਅੰਦਰ ਦੀ ਗੜਬੜੀ ਠੀਕ ਨਹੀਂ ਹੋ ਜਾਏਗੀ, ਆਪਾਂ ਡਿਸਕਸ ਕਰ ਚੁੱਕੇ ਹਾਂ, ਅੱਗੇ ਵਧੀਏ। ਸੋ ਨੈਕਸਟ ਦੋਸਤੋ ਆ ਜਾਂਦੇ ਆ ਜੀ ਲਾਈਪੋਪ੍ਰੋਟੀਨਸ। ਲਾਈਪੋਪ੍ਰੋਟੀਨਸ ਕੀ ਹੁੰਦੇ ਆ? ਪ੍ਰੋਟੀਨ ਤੇ ਫੈਟਸ ਦੇ ਕੰਬੀਨੇਸ਼ਨ ਮੋਲੀਕਿਊਲਸ ਜਿਹੜੇ ਕਿ ਸਾਡੀ ਬਾਡੀ ਦੇ ਵਿੱਚ ਫੈਟ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਦਾ ਕੰਮ ਕਰਦੇ ਆ। ਠੀਕ ਹੈ, ਇਹ ਹੁੰਦੇ ਲਾਈਪੋਪ੍ਰੋਟੀਨ। ਕਿਹੜੇ ਕਿਹੜੇ ਲਾਈਪੋਪ੍ਰੋਟੀਨ ਆ ਸਾਡੇ ਕੋਲ? HDL, LDL, VLDL। HDL ਯਾਨੀ ਕਿ ਹਾਈ ਡੈਂਸਿਟੀ ਲਾਈਪੋਪ੍ਰੋਟੀਨ, LDL ਯਾਨੀ ਕਿ ਲੋ ਡੈਂਸਿਟੀ ਲਾਈਪੋਪ੍ਰੋਟੀਨ ਤੇ VLDL ਯਾਨੀ ਕਿ ਵੈਰੀ ਲੋ ਡੈਂਸਿਟੀ ਲਾਈਪੋਪ੍ਰੋਟੀਨ। ਸੋ ਇਹਨਾਂ ਦਾ ਕੰਮ ਕੀ ਹੈ, ਚਲੋ ਇਹ ਵੀ ਦੇਖ ਲਈਏ। ਹਾਈ ਡੈਂਸਿਟੀ ਲਾਈਪੋਪ੍ਰੋਟੀਨ, ਪਹਿਲੀ ਗੱਲ, ਇਹ ਬਣਦਾ ਕਿੱਥੇ ਆ? ਇਹ ਸਾਡੇ ਲਿਵਰ 'ਚ ਬਣਦਾ ਆ। ਓਕੇ, ਮਤਲਬ ਸਾਡੀ ਬਾਡੀ ਖੁਦ ਬਣਾ ਰਹੀ ਹੈ। ਠੀਕ ਹੈ, ਜਿਵੇਂ ਕੋਲੈਸਟ੍ਰੋਲ ਸਾਡੀ ਬਾਡੀ ਖੁਦ ਬਣਾਉਂਦੀ ਸੀ ਕਿਉਂਕਿ ਸਾਡੀ ਬਾਡੀ ਨੂੰ ਲੋੜ ਸੀ, ਇਸੇ ਤਰ੍ਹਾਂ HDL ਵੀ ਸਾਡੀ ਬਾਡੀ ਖੁਦ ਬਣਾ ਰਹੀ ਹੈ ਕਿਉਂਕਿ ਸਾਡੀ ਬਾਡੀ ਨੂੰ ਲੋੜ ਹੈ। ਬਾਡੀ ਉਹੀ ਚੀਜ਼ ਬਣਾਊਗੀ ਜਿਹਦੀ ਸਾਨੂੰ ਲੋੜ ਹੈ। ਠੀਕ ਹੈ, ਸੋ HDL ਸਾਡੇ ਲਿਵਰ 'ਚ ਬਣਦਾ, ਇਹ ਕਰਦਾ ਕੀ ਹੈ? ਇਹ ਟਰਾਂਸਪੋਰਟ ਕਰਦਾ ਆ ਜੀ ਕੋਲੈਸਟ੍ਰੋਲ ਨੂੰ। ਓਕੇ, ਜਿਹੜੇ ਕੋਲੈਸਟ੍ਰੋਲ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਸੀ, ਇਹ ਉਹਨੂੰ ਟਰਾਂਸਪੋਰਟ ਕਰਦਾ। ਇਹਦਾ ਮਤਲਬ ਇਹ ਉਹਦਾ ਜਾਣ ਦਾ ਆਉਣ ਦਾ ਸਾਧਨ ਆ, ਗੱਡੀ ਹੈ ਜੀ ਉਹਦੀ। ਹੈ ਸੋ ਟਰਾਂਸਪੋਰਟ ਕਿੱਥੋਂ ਕਰਦਾ ਆ? ਸੈਲਸ ਤੋਂ ਲਿਵਰ ਤੱਕ। ਓਕੇ, ਸੋ ਇਹਦਾ ਮਤਲਬ ਕਿ HDL ਜਿਹੜਾ ਨਾਮ ਦੀ ਜਿਹੜੀ ਵਹੀਕਲ ਆ, ਗੱਡੀ ਆ, ਇਹਦੇ ਵਿੱਚ ਬੈਠ ਕੇ ਕੋਲੈਸਟ੍ਰੋਲ ਸਾਡੇ ਸਰੀਰ ਦੇ ਸੈਲਸ ਦੇ ਵਿੱਚੋਂ, ਸਾਰਿਆਂ ਸੈਲਸ ਦੇ ਵਿੱਚੋਂ ਇਹ ਵਾਪਸ ਲਿਵਰ ਵੱਲ ਜਾ ਰਿਹਾ। ਵਾਪਸ ਕਿਉਂ? ਕਿਉਂਕਿ ਬਣਿਆ ਤਾਂ ਲਿਵਰ 'ਚ ਹੀ ਆ ਨਾ। ਠੀਕ ਹੈ, ਲਿਵਰ ਤੋਂ ਇਹ ਬਾਕੀ ਦੇ ਸੈਲਸ 'ਚ ਗਿਆ, ਹੁਣ ਇਹ ਬਾਕੀ ਦੇ ਸੈਲਸ ਤੋਂ ਲਿਵਰ ਵੱਲ ਜਾ ਰਿਹਾ। ਉੱਥੇ ਜਾ ਕੇ ਕੀ ਹੋਊਗਾ? ਉੱਥੇ ਜਾ ਕੇ ਬਾਡੀ ਨੇ ਇਹਨੂੰ ਅਗਰ ਰੀਯੂਜ਼ ਕਰਨਾ ਹੋਇਆ ਜਾਂ ਇਹਨੂੰ ਬ੍ਰੇਕਡਾਊਨ ਕਰਕੇ ਇਹਨੂੰ ਬਾਹਰ ਕੱਢਣਾ ਹੋਇਆ ਬਾਡੀ 'ਚੋਂ, ਉਹ ਬਾਡੀ ਨੇ ਆਪੇ ਮੈਨੇਜ ਕਰ ਲੈਣਾ ਆਪਣੀ ਲੋੜ ਦੇ ਹਿਸਾਬ ਨਾਲ। ਠੀਕ ਹੈ, ਦੱਸਣ ਦੀ ਲੋੜ ਨਹੀਂ ਗੀ, ਬਾਡੀ ਬਹੁਤ ਸਿਆਣੀ ਹੈ। ਨੈਕਸਟ ਆ ਗਿਆ ਜੀ ਸਾਡਾ ਲੋ ਡੈਂਸਿਟੀ ਲਾਈਪੋਪ੍ਰੋਟੀਨ। ਲੋ ਡੈਂਸਿਟੀ ਲਾਈਪੋਪ੍ਰੋਟੀਨ ਦੋ ਤਰ੍ਹਾਂ ਦੇ ਹੁੰਦੇ ਆ ਜੀ, ਇੱਕ ਨਾਰਮਲ LDL ਤੇ ਇੱਕ ਹੁੰਦਾ ਸਮਾਲ ਡੈਂਸਿਟੀ LDL, ਯਾਨੀ ਕਿ ਘਣਤਵ ਦੇ ਮਾਮਲੇ 'ਚ, ਡੈਂਸਿਟੀ ਦੇ ਮਾਮਲੇ 'ਚ ਇਹ ਨਾਰਮਲ LDL ਨਾਲੋਂ ਵੀ ਛੋਟਾ ਹੁੰਦਾ, ਪਰ ਗਿਣਿਆ LDL ਦੇ ਵਿੱਚ ਹੀ ਜਾਂਦਾ ਆ। ਠੀਕ ਹੈ, ਸੋ ਇਹ ਵੀ ਦੋ ਤਰ੍ਹਾਂ ਦੀਆਂ ਵਹੀਕਲਸ ਆ ਜੀ। ਇਹ ਕਿੱਥੇ ਬਣਦੀਆਂ ਨੇ? ਇਹ ਵੀ ਲਿਵਰ 'ਚ ਬਣਦੀਆਂ ਨੇ। ਇਹ ਕੀ ਕਰਦੀਆਂ ਨੇ? ਇਹ ਵੀ ਕੋਲੈਸਟ੍ਰੋਲ ਨੂੰ ਟਰਾਂਸਪੋਰਟ ਕਰਦੀਆਂ ਤੇ ਟ੍ਰਾਈਗਲਿਸਰਾਈਡ ਨੂੰ ਟਰਾਂਸਪੋਰਟ ਕਰਦੀਆਂ ਨੇ। ਓਕੇ, ਸੋ ਹੁਣ ਇੱਥੇ ਕੰਮ 'ਚ ਥੋੜ੍ਹਾ ਜਿਹਾ ਅੰਤਰ ਆ ਗਿਆ, ਬਣੀਆਂ ਇੱਕੋ ਫੈਕਟਰੀ 'ਚ ਆ। ਕੰਮ ਦੇ ਵਿੱਚ ਅੰਤਰ ਇਹ ਆ, HDL ਜਿਹੜਾ ਸੀ ਉਹ ਇਕੱਲਾ ਕੋਲੈਸਟ੍ਰੋਲ ਨੂੰ ਟਰਾਂਸਪੋਰਟ ਕਰਦਾ ਸੀ,
LDL ਜਿਹੜਾ ਆ ਕੋਲੇਸਟ੍ਰੋਲ ਤੇ ਟ੍ਰਾਈਗਲਿਸਰਾਈਡ ਨੂੰ ਵੀ ਟਰਾਂਸਪੋਰਟ ਕਰਦਾ ਹੈ। ਟ੍ਰਾਈਗਲਿਸਰਾਈਡ ਵੀ ਆਪਾਂ ਇਸ ਵੀਡੀਓ 'ਚ ਕਰ ਲੈਣੇ ਡਿਸਕਸ, ਠੀਕ ਹੈ ਜੀ, ਥੋੜਾ ਸਬਰ ਕਰਿਓ। ਕਿੱਥੋਂ ਕਿੱਥੇ ਤੱਕ ਲੈ ਕੇ ਜਾਂਦੀਆਂ ਜੀ ਸਾਨੂੰ ਇਹ ਗੱਡੀਆਂ? ਇਹ ਲਿਵਰ ਤੋਂ ਸੈਲਸ ਨੂੰ ਲੈ ਕੇ ਜਾ ਰਹੀਆਂ ਨੇ, ਯਾਨੀ ਕਿ ਜਦੋਂ ਵੀ ਕੋਈ LDL ਪਾਰਟੀਕਲ ਲਿਵਰ 'ਚ ਬਣੇਗਾ ਉਹ ਕੋਲੇਸਟ੍ਰੋਲ ਦੇ ਟ੍ਰਾਈਗਲਿਸਰਾਈਡ ਦੇ ਜਿਹੜੇ ਮੋਲੀਕਿਊਲ, ਜਿਹੜੇ ਫੈਟ ਵਾਲੇ ਮੋਲੀਕਿਊਲ ਆ, ਇਹ ਪ੍ਰੋਟੀਨ ਉਹਨਾਂ ਨੂੰ ਆਪਣੇ ਨਾਲ ਬਾਈਂਡ ਕਰੇਗਾ ਤੇ ਲਿਵਰ ਤੋਂ ਸਾਰੀਆਂ ਸੈੱਲਾਂ ਤੱਕ ਲੈ ਕੇ ਜਾਏਗਾ, ਠੀਕ ਹੈ ਜੀ। ਸੋ ਇਹਨੂੰ ਇੱਦਾਂ ਸਮਝੀਏ ਆਪਾਂ ਵੀ ਇੱਕ ਰੂਟ ਹੈਗਾ ਆ ਅੰਮ੍ਰਿਤਸਰ ਤੋਂ ਦਿੱਲੀ ਜਾਣ ਦਾ, ਦੂਜਾ ਹੈਗਾ ਦਿੱਲੀਓਂ ਵਾਪਸ ਅੰਮ੍ਰਿਤਸਰ ਆਉਣ ਦਾ, ਠੀਕ ਹੈ ਜੀ। ਸੋ ਇੱਕ ਗੱਡੀ ਜਿਹੜੀ ਆ ਇੱਧਰੋਂ ਪੰਜਾਬ ਰੋਡਵੇਜ ਜਾ ਰਹੀ ਹੈ, ਉੱਧਰੋਂ ਦਿੱਲੀ ਰੋਡਵੇਜ ਜਾ ਰਹੀ ਹੈ, ਠੀਕ ਹੈ। ਸੋ LDL ਬਣਿਆ ਲਿਵਰ 'ਚ, ਕੋਲੇਸਟ੍ਰੋਲ ਨੂੰ ਪਹਿਲ ਦਿੱਤੀ ਤੇ ਟ੍ਰਾਈਗਲਿਸਰਾਈਡ ਨੂੰ ਵੀ ਲੈ ਗਿਆ, ਠੀਕ ਹੈ। ਸੋ ਕੋਲੇਸਟ੍ਰੋਲ ਨੂੰ ਵੀ ਲੈ ਕੇ ਗਿਆ ਤੇ ਕੁਝ ਹੱਦ ਤੱਕ ਟ੍ਰਾਈਗਲਿਸਰਾਈਡ ਨੂੰ ਵੀ ਲੈ ਕੇ ਗਿਆ ਲਿਵਰ ਤੋਂ ਬਾਕੀ ਦੇ ਪੂਰੇ ਸੈਲਸ ਦੇ ਵਿੱਚ, ਠੀਕ ਹੈ। ਅਗਲਾ VLDL ਯਾਨੀ ਕਿ ਵੈਰੀ ਲੋ ਡੈਂਸਿਟੀ, ਯਾਨੀ ਕਿ ਘਣਤਵ ਦੇ ਮਾਮਲੇ 'ਚ, ਡੈਂਸਿਟੀ ਦੇ ਮਾਮਲੇ 'ਚ ਇਹ ਹੋਰ ਜ਼ਿਆਦਾ ਘਟਿਆ ਉੱਪਰਲੇ ਮੋਲੀਕਿਊਲਸ ਨਾਲੋਂ, ਲੇਕਿਨ ਇਹ ਜਿਵੇਂ ਜਿਵੇਂ ਡੈਂਸਿਟੀ ਇਹਨਾਂ ਦੀ ਘਟਦੀ ਜਾਂਦੀ ਹੈ ਇਹਨਾਂ ਦਾ ਸਾਈਜ਼ ਵੱਧਦਾ ਜਾਂਦਾ, ਇਹ ਜ਼ਿਆਦਾ ਫਲੱਫੀ ਜਿਹੇ ਨਾ ਹਲਕੇ ਜਿਹੜੇ ਰੂੰ ਵਾਂਗੂ, ਜਿੱਦਾਂ ਰੂੰ ਦੀ ਡੈਂਸਿਟੀ ਘੱਟ ਹੁੰਦੀ ਹੈ, ਇਹ ਵੀ ਉਸੇ ਤਰੀਕੇ ਨਾਲ ਪਾਰਟੀਕਲ ਜਿੱਦਾਂ ਜਿੱਦਾਂ ਡੈਂਸਿਟੀ ਘਟੀ ਜਾਂਦੀ ਹੈ ਇਹ ਫਲੱਫੀ ਹੋਈ ਜਾਂਦੇ ਆ, ਪਾਰਟੀਕਲ ਥੋੜ੍ਹੇ ਵੱਡੇ ਹੋਈ ਜਾਂਦੇ। ਸੋ VLDL ਕਿੱਥੇ ਬਣ ਰਿਹਾ? ਇਹ ਵੀ ਲਿਵਰ 'ਚ ਬਣ ਰਿਹਾ। ਲਓ ਜੀ, ਇਹ ਚੀਜ਼ਾਂ ਤਾਂ ਹੁਣ ਕਲੀਅਰ ਹੋ ਗਈਆਂ ਵੀ HDL, LDL ਤੇ VLDL ਸਾਰੀਆਂ ਚੀਜ਼ਾਂ ਲਿਵਰ 'ਚ ਹੀ ਬਣਦੀਆਂ ਪਈਆਂ। ਸੋ ਲਿਵਰ ਸਾਡੀ ਮੇਨ ਫੈਕਟਰੀ ਆ, ਲਿਵਰ ਦੇ ਵਿੱਚ ਬਣਦੀਆਂ ਪਈਆਂ ਤੇ ਇਹ ਕੀ ਕਰਦੀਆਂ ਆ, ਇਹ ਵੀ ਟ੍ਰਾਈਗਲਿਸਰਾਈਡ ਦੇ ਕੋਲੇਸਟ੍ਰੋਲ ਨੂੰ ਲੈ ਕੇ ਜਾ ਰਹੀਆਂ ਆ, ਲੇਕਿਨ VLDL ਪਹਿਲ ਦੇ ਆਧਾਰ ਤੇ ਟ੍ਰਾਈਗਲਿਸਰਾਈਡ ਨੂੰ ਚੱਕੇਗਾ, ਠੀਕ ਹੈ ਜੀ, ਤੇ ਦੂਜ ਦੇ ਆਧਾਰ ਤੇ ਕੋਲੇਸਟ੍ਰੋਲ ਨੂੰ ਲੈ ਕੇ ਜਾਏਗਾ। LDL ਕੀ ਕਰਦਾ ਸੀ? LDL ਪਹਿਲ ਕੋਲੇਸਟ੍ਰੋਲ ਨੂੰ ਦਿੰਦਾ ਸੀ। ਕਿੱਥੋਂ ਕਿੱਥੇ ਤੱਕ? ਲਿਵਰ ਤੋਂ ਸੈਲਸ ਤੱਕ। ਸੋ ਕਲੀਅਰ ਹੋ ਗਈ ਗੱਲ? ਦੁਬਾਰਾ ਇੱਕ ਵਾਰੀ ਦੇਖ ਲਈਏ। HDL ਲਿਵਰ 'ਚ ਬਣਿਆ, ਕੋਲੇਸਟ੍ਰੋਲ ਨੂੰ ਸਾਰੇ ਸਰੀਰ ਦੇ ਸੈੱਲਾਂ ਤੋਂ ਵਾਪਸ ਲਿਵਰ 'ਚ ਲੈ ਕੇ ਆਇਆ। LDL ਲਿਵਰ 'ਚ ਬਣਿਆ, ਕੋਲੇਸਟ੍ਰੋਲ ਤੇ ਟ੍ਰਾਈਗਲਿਸਰਾਈਡ ਨੂੰ ਲਿਵਰ ਤੋਂ ਸਾਰੇ ਸਰੀਰ ਦੇ ਸੈੱਲਾਂ 'ਚ ਪਹੁੰਚਾਤਾ, ਯਾਨੀ ਕਿ ਪਹਿਲਾਂ LDL ਪਹੁੰਚਾਊਗਾ ਤਾਂ ਹੀ HDL ਵਾਪਸ ਲੈ ਕੇ ਆਊਗਾ, ਠੀਕ ਹੈ। VLDL ਨੇ ਲਿਵਰ 'ਚ ਬਣਿਆ ਤੇ ਉਹਨੇ ਵੀ ਟ੍ਰਾਈਗਲਿਸਰਾਈਡ ਦੇ ਕੋਲੇਸਟ੍ਰੋਲ ਨੂੰ ਲਿਵਰ 'ਚੋਂ ਸਾਰੇ ਸਰੀਰ ਦੇ ਸੈੱਲਸ ਤੱਕ ਪਹੁੰਚਾਇਆ। ਇਹ ਇਹਨਾਂ ਦਾ ਫੰਕਸ਼ਨ ਆ। ਹੁਣ ਜਿਹੜੀ ਧਾਰਨਾ ਆ ਕਿ ਕਿਵੇਂ ਜਿਹੜਾ HDL ਆ ਉਹ ਗੁੱਡ ਕੋਲੇਸਟ੍ਰੋਲ ਹੋ ਗਿਆ ਤੇ ਕਿਵੇਂ LDL ਜਿਹੜਾ ਹੈ ਉਹ ਬੈਡ ਕੋਲੇਸਟ੍ਰੋਲ ਹੋ ਗਿਆ, ਹੁਣ ਮੰਨ ਲਓ ਤੁਸੀਂ ਪੰਜਾਬ ਰੋਡਵੇਜ਼ ਦੇ ਵਿੱਚ ਦਿੱਲੀ ਗਏ ਆ ਤੇ ਤੁਸੀਂ ਦਿੱਲੀ ਰੋਡਵੇਜ਼ ਦੇ ਵਿੱਚ ਵਾਪਸ ਆ ਗਏ ਆ, ਤਾਂ ਤੁਸੀਂ ਕਿੱਦਾਂ ਕਹਿ ਸਕਦੇ ਆ ਵੀ ਪੰਜਾਬ ਰੋਡਵੇਜ਼ ਚੰਗੀ ਆ ਜਾਂ ਦਿੱਲੀ ਰੋਡਵੇਜ਼ ਗੁੱਡ ਆ ਤੇ ਪੰਜਾਬ ਰੋਡਵੇਜ਼ ਬੈਡ ਆ, ਜਾਂ ਪੰਜਾਬ ਰੋਡਵੇਜ਼ ਗੁੱਡ ਆ ਦਿੱਲੀ ਰੋਡਵੇਜ਼ ਬੈਡ ਆ? ਕਿਉਂ? ਤੁਹਾਡਾ ਕੰਮ ਸੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ, ਉਹ ਉਹਨੇ ਪਹੁੰਚਾਤਾ, ਹੋਰ ਤੁਹਾਨੂੰ ਕੀ ਚਾਹੀਦਾ? ਤੁਸੀਂ ਉੱਥੇ ਜਾ ਕੇ ਦਿੱਲੀ ਜਾ ਕੇ ਕੀ ਕੀਤਾ ਕੀ ਨਹੀਂ ਕੀਤਾ ਉਹ ਬਾਅਦ ਦੀ ਗੱਲ ਆ। ਟਰਾਂਸਪੋਰਟ ਵਹੀਕਲ ਕਿੱਦਾਂ ਮਾੜੀ ਹੋ ਗਈ, ਠੀਕ ਹੈ। ਹੁਣ ਮੰਨ ਲਓ ਵੀ ਤੁਸੀਂ ਓਲਾ ਦੇ ਵਿੱਚ ਕੈਬ ਕਰਕੇ ਓਲਾ 'ਚ ਟਰੈਵਲ ਕਰਦੇ ਜ਼ਿਆਦਾ, ਠੀਕ ਹੈ, ਤੁਹਾਡਾ ਕੰਮ ਹੀ ਕੁਛ ਇਸ ਤਰੀਕੇ ਦਾ, ਤੁਸੀਂ ਓਲਾ 'ਚ ਟਰੈਵਲ ਕਰਦੇ, ਜੇ ਮੰਨ ਲਓ ਤੁਹਾਡਾ ਨਾਮ ਰਾਜ ਆ ਤਾਂ ਕੀ ਅਸੀਂ ਤੁਹਾਨੂੰ ਰਾਜ ਓਲਾ ਕਹਿਣਾ ਸ਼ੁਰੂ ਕਰ ਦਈਏ ਜਾਂ ਓਲਾ ਰਾਜ ਕਹਿਣਾ ਸ਼ੁਰੂ ਕਰ ਦਈਏ? ਕੀ ਇਹ ਚੀਜ਼ ਸਹੀ ਹੋਊਗੀ? ਬਿਲਕੁਲ ਗਲਤ। ਸੋ ਜੇ HDL ਕੋਲੇਸਟ੍ਰੋਲ ਨੂੰ ਲੈ ਕੇ ਜਾ ਰਿਹਾ ਤੇ ਤੁਸੀਂ HDL ਦੇ ਨਾਲ ਧੱਕੇ ਨਾਲ ਹੀ ਕੋਲੇਸਟ੍ਰੋਲ ਕਿਵੇਂ ਜੋੜਤਾ? HDL ਕੋਲੇਸਟ੍ਰੋਲ ਇਕੱਠਾ ਹੀ ਕਿੱਦਾਂ ਬੋਲਣ ਲੱਗ ਪਏ ਆਪਾਂ? HDL ਪ੍ਰੋਟੀਨ ਮੋਲੀਕਿਊਲ ਆ, ਕੋਲੇਸਟ੍ਰੋਲ ਨੂੰ ਉਹਨੇ ਆਪਣੇ ਨਾਲ ਬਾਈਂਡ ਕੀਤਾ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾ ਕੇ ਛੱਡ ਜਾਂਦਾ, ਦੈਟਸ ਇਟ, ਗੱਲ ਖਤਮ, ਠੀਕ ਹੈ। ਸੋ ਅਗਰ ਤੁਸੀਂ ਓਲਾ 'ਚ ਟਰੈਵਲ ਕਰਦੇ ਜਾਂ ਊਬਰ 'ਚ ਟਰੈਵਲ ਕਰਦੇ ਜਾਂ PRTC 'ਚ ਟਰੈਵਲ ਕਰਦੇ, ਜੇ ਤੁਸੀਂ ਮੰਨ ਲਓ ਤੁਹਾਡਾ ਨਾਮ ਅਮਰੀਕ ਆ ਤੇ ਤੁਸੀਂ PRTC 'ਚ ਟਰੈਵਲ ਕਰਦੇ ਤੇ ਅਸੀਂ ਤੁਹਾਨੂੰ ਕੱਲ੍ਹ ਨੂੰ ਕਹੀਏ ਜੀ ਅਮਰੀਕ PRTC, ਇਹ ਗੱਲ ਕਿੱਥੇ ਤੱਕ ਸਹੀ ਹੈ? ਪਹਿਲੀ ਗੱਲ ਤਾਂ ਸਾਨੂੰ ਚੀਜ਼ਾਂ ਦੇ ਨਾਂ ਹੀ ਲੈਣੇ ਨਹੀਂ ਸਹੀ ਆਉਂਦੇ। ਇਹ ਚੰਗਾ ਕੋਲੇਸਟ੍ਰੋਲ ਹੈ ਜੀ, ਇਹ ਮਾੜਾ ਕੋਲੇਸਟ੍ਰੋਲ, ਕੋਈ ਕੋਲੇਸਟ੍ਰੋਲ ਹੈ ਹੀ ਨਹੀਂ ਪਹਿਲੀ ਗੱਲ ਤਾਂ, ਚੰਗੇ ਮਾੜੇ ਦੀ ਤਾਂ ਗੱਲ ਹੀ ਬਾਅਦ 'ਚ, ਠੀਕ ਹੈ। ਸੋ ਆਓ ਅੱਗੇ ਦੇਖੀਏ, ਲਾਈਪੋਪ੍ਰੋਟੀਨਸ ਤਿੰਨੋਂ ਕਵਰ ਕਰ ਲੈ। ਹੁਣ ਆ ਗਈ ਗੱਲ ਟ੍ਰਾਈਗਲਿਸਰਾਈਡ, ਟ੍ਰਾਈਗਲਿਸਰਾਈਡ ਕੀ ਆ? ਟ੍ਰਾਈਗਲਿਸਰਾਈਡ ਯਾਨੀ ਕਿ ਗਲਿਸਰਾਈਡ ਦੇ ਤਿੰਨ ਮੋਲੀਕਿਊਲ ਇਕੱਠੇ ਹੋ ਕੇ ਬਣ ਗਿਆ ਟ੍ਰਾਈਗਲਿਸਰਾਈਡ। ਟ੍ਰਾਈਗਲਿਸਰਾਈਡ ਉਦੋਂ ਬਣਦੇ ਆ ਜਦੋਂ ਸਾਡੀ ਬਾਡੀ ਦੇ ਵਿੱਚ ਐਕਸੈਸ ਐਨਰਜੀ ਹੋਵੇ, ਲੋੜ ਤੋਂ ਜ਼ਿਆਦਾ ਊਰਜਾ ਹੋਵੇ। ਲੋੜ ਤੋਂ ਜ਼ਿਆਦਾ ਊਰਜਾ ਕਿੱਦਾਂ ਆਊਗੀ ਬਾਡੀ 'ਚ? ਜਦੋਂ ਅਸੀਂ ਕੰਮ ਥੋੜ੍ਹਾ ਕਰਾਂਗੇ, ਰਾਸ਼ਨ ਜ਼ਿਆਦਾ ਖਾਵਾਂਗੇ, ਉਦੋਂ ਲੋੜ ਤੋਂ ਜ਼ਿਆਦਾ ਐਨਰਜੀ ਸਾਡੀ ਬਾਡੀ 'ਚ ਜਾਊਗੀ, ਠੀਕ ਹੈ। ਜੇ ਅਸੀਂ ਕੰਮ ਥੋੜ੍ਹਾ ਕਰਦੇ ਹਾਂ ਅਤੇ ਸਮਾਨ ਜ਼ਿਆਦਾ ਖਾਂਦੇ ਹਾਂ ਅਤੇ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਐਕਸੈਸ ਐਨਰਜੀ ਚੱਲ ਜਾਂਦੀ ਆ। ਉਹ ਐਕਸੈਸ ਐਨਰਜੀ ਬਲੱਡ ਸ਼ੂਗਰ ਦੇ ਰੂਪ ਦੇ ਵਿੱਚ ਸਾਡੇ ਖੂਨ 'ਚ ਆਉਂਦੀ ਆ। ਸਾਡੀ ਬਾਡੀ ਜਿਹੜੀ ਆ ਉਹ ਲੋੜ ਤੋਂ ਜ਼ਿਆਦਾ ਸ਼ੂਗਰ ਬਲੱਡ 'ਚ ਨਹੀਂ ਚਾਹੁੰਦੀ, ਇਸ ਕਰਕੇ ਉਹ ਐਕਸਟਰਾ ਸ਼ੂਗਰ ਨੂੰ ਇਕੱਠਾ ਕਰਕੇ ਟ੍ਰਾਈਗਲਿਸਰਾਈਡ ਬਣਾ ਕੇ ਸਾਡੇ ਖੂਨ 'ਚ, ਉਹ ਲਿਵਰ ਦਾ ਕੰਮ ਆ ਇਹ ਵੀ,
ठीक है, शुगर लिवर च जाएगी, लिवर तो ट्राइग्लिसराइड बन के साडे ब्लड विच आ जाऊगे ताकि इस एनर्जी नू जदों कदी लोड़ पवे उदों वरत लिया जावे। ठीक है, इस स्टोर्ड एनर्जी आ फैट दे रूप च। सो ट्राइग्लिसराइड लिवर च बनते आ कितों बनते आ, जदों असी शुगर या फ्रूट दे जूस या लोड़ तो ज्यादा फल फ्रूट रिफाइंड कार्बोहाइड्रेट्स जिमें कि मैदा सूजी आटे दे बिस्कुट ब्रेड मठियां ये चीज़ां जो असी ज़्यादा खाने हैं रिफाइंड कार्बोहाइड्रेट्स जंक फूड ब्रेड टोस्ट बिस्कुट मठी मटरी जो ये चीज़ां असी ज़्यादा खाने हैं तो साड़ी बॉडी च एक्सैस एनर्जी जो जाती है वो एक्सैस एनर्जी जी ट्राइग्लिसराइड बनाती है। हुण इस सारी चीज़ नूं कट्ठा कंबाइन करके देखने की कोशिश करिए, तुसी लोड़ तो ज़्यादा मिठा खादा तुहाडे शरीर ने एक्सट्रा ट्राइग्लिसराइड बना देना, उना एक्सट्रा ट्राइग्लिसराइड नूं वधाउण लई सानूं ज़्यादा VLDL की लोड़ पएगी क्योंकि VLDL पहल दे आधार ते ट्राइग्लिसराइड नूं चकदा है। ठीक है, ट्राइग्लिसराइड वधूगे मिठा ज़्यादा खाण नाल कम घट करन नाल VLDL ज़्यादा बनूगे जिहड़े कि ट्राइग्लिसराइड नूं सैल्स तक लैके जांदे आ। VLDL भी वधणगे नाल LDL भी वधेगा क्योंकि LDL भी थोड़े बहुत ट्राइग्लिसराइड नूं लैके जांदा है। ठीक है जी, सो अगर तुसी मिठा ज़्यादा खादा ट्राइग्लिसराइड बनोगे खून गाढ़ा होगा, VLDL वधूगे खून होर गाढ़ा होगा, थोड़ा बहुत HDL भी बनोगे होर खून गाढ़ा होगा। शायद इसे करके असी LDL VLDL नू बैड कोलेस्ट्रॉल कहना शुरू कर दिता। सो VLDL नू तो चलो मैं मनूंगा पर LDL का कोई कसूर नहीं है। ठीक है, तो क्योंकि वह कोलेस्ट्रॉल सैल चो वापस लिवर च आ रहा है HDL ले आ रहा इस करके उन्होंने असी गुड कोलेस्ट्रॉल कहना। सो एक गुड बैड वाली गल नहीं हैगी, गुड बैड वाले चक्कर च ना पाओ, एक्चुअल कंसैप्ट समझने की कोशिश करो भी एक्चुअल कंसैप्ट की कहता है सानू। ठीक है, सो दोस्तों ये सी वो सारे फैट मोलीक्यूल्स जिहड़े कि सानू साडे खून नू गाढ़ा करते हैं लेकिन साडे जीवन वास्ते जरूरी भी ने, तो इन्हों बिल्कुल भी छड्डिया नहीं जा सकता। सो जब कभी भी तुसी अपना लिपिड प्रोफाइल पैनल कराओ अगर उहदे च कोई गड़बड़ी आउंदी है, अगर LDL VLDL ट्राइग्लिसराइड कोलेस्ट्रॉल HDL कोई भी चीज़ लोड़ तो ज़्यादा या लोड़ तो घट आउंदा आ ते सानू डिस्कस जरूर करना चाहिए दा या। सब तो बड़ा कारण एदा लाइफस्टाइल है। सो लाइफस्टाइल दी प्रॉब्लम नू ठीक कर ले तुसी गोलियां नहीं खा सकते, गोलियां ना जीवन शैली ठीक नहीं होंदी। ठीक है, सो की परहेज करने ने, कहो जी डाइट रखनी है, एदे रिगार्डिंग तुसी उदों अपने डाइटिशियन नू मिलो या तुसी मेरे नाल संपर्क कर सकते हो। सो दोस्तों ए सी सारा लिपिड प्रोफाइल दा ताना बाणा जाल, अगली वीडियो दे विच आपां डिस्कस करना कि वह कड़िया प्रॉब्लम्स हैगियां आ जिन्हों के कारण हार्ट की प्रॉब्लम बढ़ती है। हम आप इतने तो देख लिया कि एक ट्रांसपोर्ट कैरियर ले जा रहा है तो दूजा वापस लेके आ रहा है। सो यह डिपेंड करता भी साढ़े खून के फैट मोलीक्यूल्स किन्ने आ। सो ये एक रीज़न इनू भी आप डिस्कस करांगे लेकिन हार्ट की बीमारियां दे हार्ट की ब्लॉकेज या नाड़ियाँ का सख्त होना इन्हों के होर कि कारण आ इन बारे आप अगली वीडियो के डिस्कस करना डिटेल। सो अगेन दोस्तों अगर चैनल सब्सक्राइब नहीं किया YouTube उपर चैनल सब्सक्राइब करो, नोटिफिकेशन बैल आइकन नो हिट करो, Facebook दे उपर ईरूडाइड न्यूट्रिशन, Instagram उपर भी ईरूडाइड न्यूट्रिशन। किसी भी सेहत पक्षों अगर तुहानू खुराक दे मामले अगर कोई जानकारी लैन की लोड़ है ये चैनल तुहाडे वास्ते है। ठीक है जी, सो मैं उम्मीद करना तुहानू वीडियो चंगी लगी होगी, चंगी लगी हुई तो प्लीज़ बाकी दियां वीडियो जाके जरूर देखो तो इस वीडियो नू अपने सज्जना मित्रां नाल शेयर करो ताकि आपां एक तंदुरुस्त जीवन शैली वाले पासे तुर सकीए। मैं तुहानू मिलूंगा अगली वीडियो च, उदों तक लई तुसीं अपना रखो ख्याल, टेक केयर।